कोई ना दे मुंह में थुकया कर दे ते मुगल पान चप के कुजा बनाया बता ओही ना दे गुलाम रहना सी बिल्कुल नहीं बिल्कुल नहीं ना दे गुलाम रह सकदे हुण ता सी अपना जो धारी भी है गल जो कानून रद्द कराने है ए तो बिना गल मेरा ख्याल है सरनी नहीं है दास उत्थे भी बोल के आया शंभू भी दो दिन लाए हैं तीन दिन कल नूं उधर फिर जावांगे ये भी साढ़े जिले का मसला जिले विच भी जाना बाहरले जिलों विच भी जाना दुनिया विच भी जाना असीं कौमी घर बनाउण वास्ते हुण सारे मसले किन्नी उम्र है बापू जी अपनी 74 साल 74 साल है खून वाले मारदा खून खालिस्तान बनाउण तक महाराज तंदुरुस्त रखूगा राजी रखूगा ਤੇ ਬਣਨਾ ਹੀ ਬਣਨਾ ਦੂਰ ਨਹੀਂ ਹੈ ਨੇੜੇ ਸੋ ਬਾਬੇ ਨੂੰ ਤੁਸੀਂ ਸ਼ਰੇਆਮ ਦੇਖਿਆ ਠੋਕ ਕੇ ਗੱਲ ਕਹੀ ਹੈ 74 ਸਾਲ ਦਾ ਹੁਣ ਇੱਥੇ ਜਿਹੜੇ ਉਹ ਜੀ ਫੋਨ ਨਹੀਂ ਚਲਾਉਣਾ ਆਉਂਦਾ ਉਹ ਜੀ ਵੱਡੀ ਉਮਰ ਦੇ ਆ ਉਹਨਾਂ ਨੂੰ ਜੀ ਨੈੱਟ ਦਾ ਨਹੀਂ ਪਤਾ ਉਹਨਾਂ ਨੂੰ ਜੀ ਪਤਾ ਨਹੀਂ ਜੀ ਖਾਲਿਸਤਾਨ ਕੀ ਹੈ ਉਹ ਰੈਫਰੈਂਡਮ ਦਾ ਨਹੀਂ ਪਤਾ ਜੀ ਵੋਟ ਦਾ ਨਹੀਂ ਪਤਾ ਜੀ ਉੱਥੇ ਤੁਸੀਂ ਇਲਾਂ ਛੱਡੋ ਉੱਥੇ ਤੁਸੀਂ ਕਾਂ ਛੱਡੋ ਆ ਬਾਬੇ ਨੂੰ ਕਿੱਦਾਂ ਪਤਾ 74 ਸਾਲ ਦਾ ਸੋ ਕਈ ਇੱਦਾਂ ਦੇ ਵੀ ਹੈਗੇ ਆ ਵੱਡੀਆਂ ਵੱਡੇ ਉਹ ਬਾਦਲਾਂ ਤੋਂ ਅੱਗੇ ਗੱਲ ਹੀ ਨਹੀਂ ਕਰਦੇ ਉਹਨਾਂ ਨੂੰ ਪਤਾ ਵੀ NIE ਵਾਲਿਆਂ ਦਾ ਸੋ ਐਨੀਵੇ ਇਹੀ ਬਾਬਾ ਸ਼ੰਭੂ ਬਾਰਡਰ 'ਤੇ ਵੀ ਪਹੁੰਚਿਆ ਔਰ ਜਾ ਕੇ ਠੋਕ ਕੇ ਗੱਲ ਕੀਤੀ ਠੋਕ ਕੇ ਗੱਲ ਕਰਦੇ ਨੂੰ ਵਿੱਚੋਂ ਰੋਕ ਦਿੱਤਾ ਗਿਆ ਕਿ ਬਾਬਾ ਇਹ ਡਰਾਮਾ ਇੱਥੇ ਇਹ ਡਰਾਮਾ ਹੀ ਕਰਨਾ ਜੇ ਤੂੰ ਡਰਾਮਾ ਕਰਨਾ ਤਾਂ ਕਰ ਸੋ ਬਾਬੇ ਦੀ ਆਪਾਂ ਗੱਲਬਾਤ ਸੁਣਦੇ ਹਾਂ ਸ਼ੰਭੂ ਬਾਰਡਰ 'ਤੇ ਬਾਬੇ ਨੇ ਕੀ ਕਿਹਾ ਅਤੇ ਸ਼ੰਭੂ ਬਾਰਡਰ 'ਤੇ ਬਾਬੇ ਨੂੰ ਗੱਲ ਕਰਦੇ ਨੂੰ ਵਿੱਚੋਂ ਹੀ ਕਿਵੇਂ ਰੋਕਿਆ ਗਿਆ ਅਤੇ ਆਪਾਂ ਬਹੁਤ ਜਲਦੀ ਜਿਹੜੀਆਂ ਕੌਲਾਂ ਤੁਹਾਡੀਆਂ ਸਟਾਰਟ ਕਰਾਂਗੇ ਪਰ ਕਹਿਣ ਤੋਂ ਬਾਅਦ ਇਹੀ ਜੀ ਗੱਲ ਨਹੀਂ ਸਿੱਟੂੰਗਾ ਇਹੋ ਜਿਹਾ ਕੋਈ ਬੰਬ ਨਹੀਂ ਚਲਾਊਂਗਾ ਆਪਣੇ ਅੰਦਰ ਨੂੰ ਸਾਫ਼ ਕਰਕੇ ਚੱਲੇ ਹੋਏ ਆ ਅੱਜ ਦੇ ਨਹੀਂ ਗੁਰੂ ਪਿਆਰੇ ਖਾਲਸਾ ਜੀ ਮੈਂ 50 ਸਾਲ ਪਹਿਲਾਂ 24 ਸਾਲ ਦਾ ਤਾ ਮੈਂ ਕੰਧਾਂ ਪਰ ਨੂੰ ਛਾਲਾਂ ਮਾਰਦਾ ਸੀ ਪੰਥ ਲਈ ਜੀਆਂਗੇ ਅਤੇ ਪੰਥ ਲਈ ਮਰਾਂਗੇ ਪੰਥ ਲਈ ਹੋਵਾਂਗੇ ਕੁਰਬਾਨ ਗੁਰੂ ਦਸ਼ਮੇਸ਼ ਪਿਤਾ ਪੰਥ ਲਈ ਹੋਵਾਂਗੇ ਕੁਰਬਾਨ ਸੰਤ ਜਰਨੈਲ ਸਿੰਘਾ ਜਰਨਲ ਸਵੇਗ ਸਿੰਘਾ ਪੰਥ ਲਈ ਹੋਵਾਂਗੇ ਕੁਰਬਾਨ ਮੈਂ ਉਦੋਂ ਇਹ ਆਪਣੇ ਗੀਤ ਇਹ ਰਾਸ਼ਟਰੀਆ ਗੀਤ ਦੇ ਸ਼ਿਵਾ ਬਰਮ ਹੋਈ ਹੈ ਸ਼ੁਭ ਕਰਮਨ ਤੇ ਕਬ ਹੂੰ ਨਾ ਡਰੂੰ ਨਾ ਡਰੂੰ ਅਰਥੋਂ ਜਬ ਜਾਏ ਲੜੂੰ ਨਿਸ਼ਚੈ ਕਰ ਆਪਣੀ ਜੀਤ ਕਰੂੰ ਹਰ ਸਿੱਖੂੰ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤੋਂ ਉਚਰੂੰ ਜਬ ਆਪ ਕੀ ਆਉਦੇ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੂੰ ਅਤ ਹੀ ਰਣ ਮੈਂ ਤਬ ਜੂਝ ਮਰੂੰ ਇਸ ਗੱਲ ਨੂੰ ਏਜੰਸੀਆਂ ਵੀ ਜਾਣਦੀਆਂ ਹੈ ਗ੍ਰਹਿ ਮੰਤਰਾਲੇ ਵੀ ਜਾਣਦੇ ਹੈ ਉਹ ਪੰਜਾਬ ਦੇ ਨਹੀਂ ਕੇਂਦਰ ਦੇ ਅਮਰੀਕਾ ਦੇ ਕਨੇਡਾ ਦੇ ਵੀ ਕੌਣ ਬੰਦਾ ਹੈ ਮੈਨੂੰ ਕੋਈ ਪਾਬੰਦੀਆਂ ਦਾ ਕੋਈ ਡਰ ਨਹੀਂ ਪਾਬੰਦੀ ਦੇ ਨਾਲ ਬੰਦਾ ਬਣਦਾ ਵੀ ਤੇਰੇ ਵਿੱਚ ਕਿਆ ਕਮੀ ਹੈ ਉਹ ਸਮਕਾ ਕਮੀ ਜੇ ਹੋਊਗੀ ਆਪਣੀ ਨੂੰ ਦੂਰ ਕਰੂਗਾ ਉਹ ਨੇੜੇ ਨਹੀਂ ਫਟਕਣ ਦਊਗਾ ਗੁਰੂ ਪਿਆਰੇ ਖਾਲਸਾ ਜੀ ਅਸੀਂ ਅਸੀਂ ਐਸੇ ਰਾਜ ਵੱਲ ਵਧਣੇ ਆ ਵਧਣਾ ਹੈ ਕਿਸਾਨੋ ਉਹ ਇਕੱਲਾ ਤੁਹਾਡੀਆਂ ਇਹ ਕੀਮਤਾਂ ਕੂਮਤਾਂ ਦਾ ਨਹੀਂ ਫਰਕ ਪੈਣਾ ਸਾਡਾ ਆਪਣਾ ਦੇਸ਼ ਹੋਊਗਾ ਆਪਣਾ ਸਾਡਾ ਸੰਵਿਧਾਨ ਹੋਊਗਾ ਆਪਣੀਆਂ ਹਵਾਈ ਪੱਟੀਆਂ ਹੋਣਗੀਆਂ ਆਪਣੀਆਂ ਰੇਲਾਂ ਹੋਣਗੀਆਂ ਜਿਹੜੀਆਂ ਇਹ ਤੁਸੀਂ ਬਗਾਨੀਆਂ ਕਰਕੇ ਰੋਕੀ ਬੈਠੇ ਹੈ ਇਹ ਸਾਡੀਆਂ ਆਪਣੀਆਂ ਹੋਣਗੀਆਂ ਸਾਡਾ ਆਪਣਾ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਸੰਵਿਧਾਨ ਹੋਊਗਾ ਅਸੀਂ ਐਸੇ ਰਾਜ ਵੱਲ ਕਰਨਾ ਇਹ ਇਕੱਲੇ ਭਾਉ ਆ ਦੇਖ ਲਓ ਦਿੱਲੀ ਉਹ ਦਿੱਲੀ ਵਿੱਚ ਅਸੀਂ ਝੰਡੇ ਚਲਾ ਸਕਦੇ ਹਾਂ ਆਪਣਾ ਕਿਲਿਆਂ 'ਤੇ ਅਸੀਂ ਕਿੰਨੀ ਵਾਰ ਜਿੱਤੀ ਹੈ ਉਹ ਫਿਰ ਹੁਣ ਵੀ ਸਾਨੂੰ ਕੋਈ ਔਖੀ ਨਹੀਂ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਹੈ ਉਹ ਕਿੰਨੇ ਵਰੇ ਰੱਜ ਕੇ ਰਾਜ ਕੀਤਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਦੇ ਵਿੱਚ ਇੱਥੇ ਤੂੰ ਲੰਘ ਕੇ ਢਾ ਦਿਓ ਸ਼ਹਿਰ ਸਮਾਣੇ ਨੂੰ ਕਰਦੇ ਨੇ ਕਿੰਨਾ ਕੁਛ ਕੀਤਾ ਉਹ ਬਡਾਰੂ ਸਾਡੇ ਇੰਨਾ ਕੁਛ ਕਰਕੇ ਗਏ ਹੋ ਮੈਂ ਉਹ ਸਾਡੇ ਇਹ ਲੱਤਾਂ 'ਚ ਪੂਸ ਦੇ ਕੇ ਆਪਣਾ ਟਾਈਮ ਕੱਢਣਾ ਚਾਹੁੰਦੇ ਜਿਹੜੇ ਲੋਕ ਇਹਨਾਂ ਨੂੰ ਮੈਂ ਬਿਲਕੁਲ ਨਹੀਂ ਸਮਝਦਾ ਬਾਕੀ ਥੋੜ੍ਹਾ ਜਿਹਾ
गुरु प्यारे खालसा जी, दीप संधू बारे मैं बहुत दिन का सुनता था। कल मैनू इत्थे भी आया सी, कहिंदे उधर भी तू जरूर टाइम लाई। मखाओ मैनू रोकां लग जांदी आ, गल तां कुछ नहीं, बोलना तां अपने अंदर ते ही हुंदा। मेरे पास तां पिस्टल भी कोई नहीं, करबान भी कोई नहीं, कोई धमाका नहीं कर सकदा, पर मखा शक्ति जरूर रखदे आ। शक्ति बोलण दी आ, सच दी आ। मैं इन्हां दे बारे सोचिया तां भी मिलूंगा, उत्थे गल करूंगा, उत्थे भाषण भी दऊंगा, पर दास दा रात ही घर पूरा हो गया। रात मैं इन्हां दी जिहड़ा मखू लेके गया। सो तुसी ध्यान नाल सारी गलबात सुनी भी होनी है ते मेरा ख्याल देखिया भी होना। सो बापू ने 74 साल दी उम्र है, और केड़ी गल है जिहड़ी उसने आ 2-2.5-3 मिनट विच नहीं कीती। सो बहुत कोई पढ़िया लिखिया जी, उन्हें डिग्री लई हुई है, फलाना डिप्लोमा लई फिरदा, उन्हें टाई लाई है, उन्हें पेंट भीड़ी जी करके पाई है, उन्हें जुत्ती मच्छी मारका, ये कुछ नहीं है भरावो, गल्लां कुछ नहीं इस दे पिछे। खास करके जिहड़ी साडी कौम दे हालात ने, जिहड़ी जंग असी लड़ रहे हैं, जिहड़े हालात साडे ते बने हुए हैं, 74 ईयर ओल्ड बाबा आ 3 मिनट च सारी गल कर दित्ती उहने, ते अगले मिनट च उहने सिरा ला देना सी। पर तुसी देखिया कि घुगड़ जिहा किवें उहदे कन्न च आ के उहनूं रोक रिहा, ते किस तरह एकदम टोन चेंज होई, ते बाबे ने जिहड़ी गल चल रही सी उसनूं रोक के, एक जिहड़ी जिहदा मतलब कोई नहीं सी उह गल कीती, पर उह फिर भी बाबा तुहानूं दस गया कि भाई मैनूं पहले पता सी तुसीं रोकना, ते जे रोक दित्ता है ते कहानी खत्म है। फिर जिस तरह तुसीं इत्थे छोले वेचण वास्ते बाकी सद्दे होए है, कोई वड्डा घोगड़ आ गया, कोई छोटा घोगड़ आ गया, कोई सब बादलों का विरोधी लाणा जिहड़ा आ के स्टेजा ते रौला पा रहा है, वो ठीक है, पर बाबा कहिंदा मैं छोले वेचण वाले चों नहीं हां भरावो। सो इत्थे वीर एक कमेंट कर रहा सी, मैं देखिया हुणे, कहिंदे जी बापू नूं लाइव ते लैके आओ, वेलकम है जी। इस तरह के बाबियां वास्ते जिन्हां दी इह सोच है, ये मीडिया है ही उन्हां दा, एनी टाइम जदों मर्जी साढ़े नाल कॉन्टैक्ट करो, इन्हां दा कॉन्टैक्ट कराओ, तुहाडे कोले नंबर आ सानूं दिओ, ओपनली टाइम देवांगे बाबे वास्ते, 2 घंटे 3 घंटे 4 घंटे 5 घंटे, क्योंकि प्रोग्राम तुहाडा है पंजाब वालेओ, ये बाबे ओ प्रोग्राम थोड़ा है, साडा नहीं है। साडियां शकलां नूं वेख के कमेंट करन वाले जिहड़े ओ कुत्ते हो सकदे ने किसी देश दे, जां किसी ना किसी बंदे दे कुत्ते हो सकदे ने, क्योंकि ये प्रोग्राम बाबियां दा, बाबियां दी गल इत्थे हुंदी है, ते बाबियां दी गल होऊगी जदों तक ये प्रोग्राम चलदा रहूगा। जिस दिन बंद हो जू, उस दिन फिर साडियां शकलां भी तुहाडे सामने नहीं आउणगियां, ये प्रोमिस आ मित्रों। ते जिहड़े भी बकवास करदे हुंदे आ इधर उधर, फड़ लिया करो उन्हां नूं, उत्थे ही फड़ लिया करो।